ਨਿਊਜ਼ੀਲੈਂਡ ਦੇ ਇੱਕ ਮੰਤਰੀ ਵੱਲੋਂ ਭਾਰਤੀਆਂ ਖਿਲਾਫ ਕੀਤੀ ਗਈ ਨਸਲੀ ਟਿੱਪਣੀ ਦੇ ਰੋਸ ਵਜੋਂ ਅੱਜ ਮਾਈਗ੍ਰੇਟਸ ਐਸੋਸੀਏਸ਼ਨ ਵਰਕਰ ਦੇ ਸੱਦੇ ਤੇ ਬਹੁਗਿਣਤੀ ਵਿੱਚ ਭਾਰਤੀ ਅਤੇ ਹੋਰਨਾਂ ਦੇਸ਼ਾਂ ਦੇ ਲੋਕਾਂ ਨੇ ਉਟੀਆ ਸਕੁਐਰ ਆਕਲੈਂਡ ਸਿਟੀ 'ਚ ਰੋਸ ਮੁਜ਼ਾਹਰਾ ਕੀਤਾ ਅਤੇ ਇੱਥੋਂ ਇੱਕ ਰੈਲੀ ਵੀ ਕੱਢੀ ਜਿਹੜੀ ਕਿ ਕੁਈਨ ਸਟ੍ਰੀਟ ਤੋਂ ਹੁੰਦੀ ਹੋਈ ਸਕਾਈ ਸਿਟੀ ਸੈਂਟਰ ਅਤੇ ਮੁੜ ਉਟੀਆ ਸਕੁਐਰ ਆ ਕੇ ਸਮਾਪਤ ਹੋਈ। ਇਸ ਮੌਕੇ ਐਸੋਸੀਏਸ਼ਨ ਦੀ ਸਕੱਤਰ ਅਨੂ ਕਲੋਟੀ ਨੇ ਕਿਹਾ ਕਿ ਮੌਜੂਦਾ ਸਰਕਾਰ 'ਚ ਕੈਬਨਿਟ ਮੰਤਰੀ ਸੈਨ ਜੌਨਸ ਨੇ ਜੋ ਟਿੱਪਣੀ ਕੀਤੀ ਹੈ ਉਸ ਲਈ ਉਹਨਾਂ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ ਅਤੇ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹੋਰਨਾਂ ਬੁਲਾਰਿਆਂ ਨੇ ਵੀ ਕਿਹਾ ਕਿ ਨਿਊਜ਼ੀਲੈਂਡ ਦੀ ਤਰੱਕੀ ਵਿੱਚ ਪ੍ਰਵਾਸੀਆਂ ਦਾ ਸਭ ਤੋਂ ਵੱਡਾ ਯੋਗਦਾਨ ਹੈ, ਪਰ ਫਿਰ ਵੀ ਮੌਜੂਦਾ ਸਰਕਾਰ ਜਾਣਬੁੱਝ ਕੇ ਪ੍ਰਵਾਸੀਆਂ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ। ਇਕੱਤਰ ਹੋਏ ਲੋਕਾਂ ਨੇ ਜਦੋਂ ਰੋਸ ਰੈਲੀ ਕੱਢੀ ਤਾਂ ਆਕਲੈਂਡ ਦੀਆਂ ਸੜਕਾਂ ਉੱਤੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਵੀ ਗੂੰਜੇ ਅਤੇ ਮੁਜ਼ਾਹਰਾਕਾਰੀਆਂ ਨੇ ਨਸਲੀ ਟਿੱਪਣੀ ਕਰਨ ਵਾਲੇ ਮੰਤਰੀ ਤੋਂ ਅਸਤੀਫੇ ਦੀ ਮੰਗ ਕੀਤੀ। ਅੱਜ ਅਸੀਂ ਖੜ੍ਹੇ ਹਾਂ ਆਕਲੈਂਡ ਦੇ ਓਟੀਆ ਸਕੁਐਰ ਵਿਖੇ, ਜਿੱਥੇ ਅੱਜ ਇੱਕ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ। ਨਿਊਜ਼ੀਲੈਂਡ ਜਿਹੜੀ ਇਮੀਗ੍ਰੇਸ਼ਨ ਹੈ ਉਹਦੇ ਵੱਲੋਂ ਜੋ ਨੀਤੀਆਂ ਚੇਂਜ ਕੀਤੀਆਂ ਜਾ ਰਹੀਆਂ ਵਾਰ ਵਾਰ, ਅਤੇ ਦੂਸਰਾ ਇੱਕ ਨਿਊਜ਼ੀਲੈਂਡ ਦੇ ਮੰਤਰੀ ਵੱਲੋਂ ਜੋ ਭਾਰਤੀਆਂ ਲਈ ਇੱਕ ਭੱਦੀ ਸ਼ਬਦਾਵਲੀ ਬੋਲੀ ਗਈ ਹੈ, ਗਲਤ ਕਮੈਂਟ ਕੀਤਾ ਗਿਆ ਜਿਹਨੂੰ ਨਸਲਵਾਦੀ ਕਮੈਂਟ ਵੀ ਅਸੀਂ ਕਹਿ ਸਕਦੇ ਹਾਂ, ਅਤੇ ਉਹਦੇ ਸੰਬੰਧ ਵਿੱਚ ਅੱਜ ਇਹ ਰੋਸ ਮੁਜ਼ਾਹਰਾ ਕੀਤਾ ਗਿਆ। ਉਹਦੇ ਬਾਰੇ ਜਾਣਦੇ ਹਾਂ ਸ਼ੇਰ ਸਿੰਘ ਜੀ ਤੋਂ। ਇਹ ਬੰਦਾ ਕਮੈਂਟ ਕਰ ਸਕਦਾ ਕਿ ਤੁਸੀਂ ਆਪਣੇ ਬਿਸਤਰੇ ਪੈਕ ਕਰੋ ਤਾਂ ਪਹਿਲੀ ਫਲਾਈਟ ਫੜੋ ਇੰਡੀਆ ਨੂੰ ਜਾਣ ਲਈ, ਉਹ ਕੱਲ੍ਹ ਨੂੰ ਮੈਨੂੰ ਦੱਸੋ ਕੀ ਨਹੀਂ ਕਰ ਸਕਦਾ। ਆ ਹੁਣ ਮੇਰਾ ਵੀਰ ਇੱਕ ਹੁਣ ਹੀ ਆਇਆ, ਕਹਿੰਦਾ ਮੈਂ ਇੱਥੇ ਲਾਈਟਾਂ 'ਤੇ ਖੜਾ ਸੀਗਾ, ਉਹ ਬੰਦੇ ਨੇ ਹੌਰ ਮਾਰ ਕੇ ਕਹਿੰਦਾ ਯੂ ਗੋ ਬੈਕ ਟੂ ਯੋਰ ਕੰਟਰੀ। ਆਹੀ ਦਿਨ ਰਹਿ ਗਿਆ ਸੀ ਸਾਨੂੰ ਦੇਖਣ ਨੂੰ, ਇਹ ਤੋਂ ਹੋਰ ਸਾਨੂੰ ਖਤਰਾ ਆਉਣਾ ਜੇ ਅਸੀਂ ਅੱਜ ਐਤਕੀ ਏਕਤਾ ਨਹੀਂ ਦਿਖਾਈ ਤਾਂ ਅਸੀਂ ਆਪਣੀ ਬੁਲੰਦ ਨਹੀਂ ਕੀਤੀ ਆਵਾਜ਼। ਰੇਸਿਜ਼ਮ ਦੇ ਖਿਲਾਫ਼ ਅੱਜ ਇੱਥੇ ਇਕੱਠੇ ਹੋਏ ਹਾਂ। ਸੋ ਰੇਸਿਜ਼ਮ ਕਈ ਤਰੀਕਿਆਂ ਨਾਲ ਇੱਥੇ ਚੱਲ ਰਿਹਾ। ਇੱਕ ਤਾਂ ਜਿਹੜੇ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਰੂਲਸ ਵੀ ਚੇਂਜ ਕੀਤੇ ਆ, ਪਲੱਸ ਜਿਹੜੇ ਰੂਲਸ ਨਹੀਂ ਚੇਂਜ ਹੋਏ ਉਹਨਾਂ ਨੂੰ ਵੀ ਉਹ ਜਿਸ ਤਰ੍ਹਾਂ ਅਪਲਾਈ ਕਰ ਰਹੇ ਆ, ਉਹਦੇ 'ਚ ਜਿਹੜੇ ਇੰਡੀਅਨ ਐਪਲੀਕੈਂਟ ਨੇ ਉਹਨਾਂ ਦੀ ਐਪਲੀਕੇਸ਼ਨ ਬਹੁਤ ਡਿਕਲਾਈਨ ਹੋ ਰਹੀਆਂ ਨੇ ਔਰ ਬਿਨਾਂ ਵਜ੍ਹਾ ਤੋਂ ਡਿਕਲਾਈਨ ਹੋ ਰਹੀਆਂ ਨੇ। ਸੋ ਪਾਰਟਨਰ ਵੀਜ਼ਿਆਂ ਵਾਲੇ ਪੀੜਤ ਨੇ, ਉਸ ਤੋਂ ਬਾਅਦ ਜਿਹੜਾ ਪੇਰੈਂਟ ਵੀਜ਼ਾ ਕੈਟੇਗਰੀ ਉਹ ਇਨਕਮ ਦਾ ਲੈਵਲ ਵਧਾ ਦਿੱਤਾ, ਲੋਕ ਆਪਣੇ ਮਾਤਾ ਪਿਤਾ ਨੂੰ ਇੱਥੇ ਬੁਲਾ ਨਹੀਂ ਸਕਦੇ। ਸੋ ਉਹ ਇੱਕ ਜਿਹੜਾ ਇੱਕ ਇਦਾਰਾ ਆ ਉਹਨਾਂ ਦਾ ਰੇਸਿਜ਼ਮ ਆ ਸਾਡੇ ਖਿਲਾਫ਼। ਅਤੇ ਦੂਸਰਾ ਜਿਹੜਾ ਆ ਇੱਕ ਇੱਥੇ ਪਾਰਟੀ ਆ ਨਿਊਜ਼ੀਲੈਂਡ ਫਸਟ, ਜਿਹੜੀ ਕਿ ਬਿਲਕੁਲ ਨੈਸ਼ਨਲਿਸਟ ਕਿਸਮ ਦੀ ਬੀਜੇਪੀ ਵਰਗੀ ਅਸੀਂ ਕਹਿ ਸਕਦੇ ਹਾਂ ਪਾਰਟੀ ਹੈ। ਤੋ ਉਹਨਾਂ ਦੇ ਵਿੱਚ ਇੱਕ ਕੈਬਨਿਟ ਮਿਨਿਸਟਰ ਨੇ ਜਿਹੜੇ ਸ਼ੇਨ ਜੋਨਸ, ਉਹਨਾਂ ਨੇ ਪਿਛਲੇ ਹਫ਼ਤੇ ਬਿਆਨ ਦਿੱਤਾ ਕਿ ਜਿਹੜੇ ਭਾਰਤੀ ਮੂਲ ਦੇ ਇੱਥੇ ਮਾਈਗ੍ਰੈਂਟ ਨੇ ਜੇ ਉਹਨਾਂ ਨੂੰ ਇੰਨੀ ਦਿੱਕਤ ਹੈ ਤਾਂ ਉਹ ਅਗਲੀ ਫਲਾਈਟ ਫੜ ਕੇ ਆਪਣੇ ਦੇਸ਼ ਵਾਪਸ ਚਲੇ ਜਾਣ। ਮੰਗੇ ਆ ਕਿ ਜਿਹੜੇ ਸ਼ੇਨ ਜੋਨਸ ਨੇ ਸਭ ਤੋਂ ਪਹਿਲਾਂ ਉਹ ਪਬਲਿਕ ਜਿਹੜੀ ਹੈ ਜਨਤਕ ਮੁਆਫ਼ੀ ਮੰਗਣ, ਉਸ ਤੋਂ ਬਾਅਦ ਇਹ ਵੀ ਮੰਗ ਹੈ ਕਿ ਉਹ ਅਸਤੀਫਾ ਦੇਣ ਔਰ ਨਾਲ ਹੀ ਨਾਲ ਜਿਹੜੇ ਇਮੀਗ੍ਰੇਸ਼ਨ ਦੇ ਰੂਲ ਨੇ ਉਹਨਾਂ ਦੀ ਵੀ ਅਸੀਂ ਜਿਹੜੀ ਹੈ ਢਿੱਲ ਮੰਗੀ ਹੈ, ਰਿਲੈਕਸੇਸ਼ਨ ਮੰਗੀ ਹੈ। ਜਿਹੜੇ ਪਾਰਟਨਰ ਵੀਜ਼ਾਸ ਵਾਲੇ ਨੇ ਉਹਨਾਂ ਨੂੰ ਐਵੇਂ ਲਟਕਾਇਆ ਜਾ ਰਿਹਾ ਸਾਲ ਸਾਲ, ਉਹ ਇੱਕ ਲੋਇਰ ਵੀ ਨਾਲ ਨੇ ਸਾਡੇ ਐਲਿਸਟਰ ਮਕਲਾਈਮੰਟ, ਉਹ ਕਹਿ ਕੇ ਕਹਿੰਦੇ ਉਹ ਇਮੀਜੀਏਟਲੀ ਜਿਹੜੇ ਹੈ ਕਿ ਉਹ ਵੀਜ਼ਾ ਪ੍ਰੋਸੈਸ ਕੀਤੇ ਜਾਣ। ਸਟੂਡੈਂਟਸ ਜਿਨ੍ਹਾਂ ਦੇ ਕਾਲਜ ਵਾਰ ਵਾਰ ਬੰਦ ਹੁੰਦੇ ਆ ਉਹਨਾਂ ਨੂੰ ਚੰਗੀ ਤਰ੍ਹਾਂ ਉਹਨਾਂ ਦੀ ਦੇਖਭਾਲ ਕੀਤੀ ਜਾਵੇ। ਕਿ ਲੇਬਰ ਪਾਰਟੀ ਉਹਦੇ ਵਿੱਚ ਜਿਹੜੀਆਂ ਕੋਲੀਸ਼ਨ ਵਾਲੀਆਂ ਨੇ, ਗ੍ਰੀਨ ਹੈ, ਲੇਬਰ ਹੈ, ਅਤੇ ਉਹਨਾਂ ਨੇ ਵੀ ਹਜੇ ਤੱਕ ਇਹਦਾ ਕੋਈ ਰਿਐਕਸ਼ਨ ਨਹੀਂ ਦਿੱਤਾ ਹੈਗਾ, ਕੋਈ ਅਪੋਲੋਜੀ ਨਹੀਂ ਆਈ ਕਿਸੇ ਪਾਸਿਓਂ ਵੀ ਇਸ ਬੰਦੇ ਨੇ ਗਲਤ ਸਟੇਟਮੈਂਟ ਦਿੱਤੀ ਆ। ਔਰ ਜਿੱਦਾਂ ਇੱਥੇ ਰੈਲੀ ਦੇ ਵਿੱਚ ਪਹਿਲਾਂ ਗੱਲਾਂ ਹੋਈਆਂ, ਮੈਂ ਇਸ ਗੱਲ ਨੂੰ ਦਾਅਵੇ ਨਾਲ ਕਹਿ ਸਕਦਾ ਜੀ, ਤੁਸੀਂ ਆਲੇ ਦੁਆਲੇ ਕੈਮਰਾ ਮਾਰਿਓ, ਇੱਥੇ ਜਿੰਨੇ ਰੈਸਟੋਰੈਂਟ ਨੇ, ਇਹ ਸਕਾਈ ਸਿਟੀ ਦੇ ਵਿੱਚ ਜਿੱਥੇ ਅਸੀਂ ਸਾਡੀ ਰੈਲੀ ਲੱਗੀ ਆ, ਇੱਥੇ ਜਿੰਨੇ ਸਫਾਈ ਕਰਮਚਾਰੀ ਨੇ, ਜਿੰਨਾ ਹੇਠਾਂ ਵਾਲਾ ਕੰਮ ਆ ਜਿੰਨਾ ਵੀ, ਉਹ ਕੌਣ ਲੋਕ ਕਰਦੇ ਨੇ? ਇਮੀਗ੍ਰੈਂਟ ਲੋਕ ਕਰਦੇ ਨੇ। ਕੋਈ ਇੱਥੇ ਦਾ ਜਿਹੜਾ ਬਛਿੰਦਾ ਆ ਉਹ ਇਹੋ ਜਿਹਾ ਕੰਮ ਕਰਨ ਨੂੰ ਤਿਆਰ ਨੀਗਾ। ਸੋ ਅਸੀਂ ਆ ਜਿਹੜੇ ਇਸ ਮੁਲਕ ਨੂੰ ਚਲਾਉਣੇ ਵਾਲੇ ਹਾਂ, ਅਤੇ ਸਾਨੂੰ ਕਹਿੰਦੇ ਆ ਵੀ ਆਪਣੀ ਅਗਲੀ ਫਲਾਈਟ ਲਵੋ ਅਤੇ ਆਪਣੇ ਘਰ ਨੂੰ ਵਾਪਸ ਚਲ ਜਾਓ। ਇੱਕ ਬਹੁਤ ਹੀ ਰੇਸਿਸਟ ਮੰਦਭਾਗੀ ਇਹ ਸਟੇਟਮੈਂਟ ਆ। ਅਸੀਂ ਇਹ ਡਿਮਾਂਡ ਕਰਦੇ ਹਾਂ ਕਿ ਇਹ ਜਿਹੜੀ ਸਟੇਟਮੈਂਟ ਆ ਉਹਦੇ ਵਾਸਤੇ ਉਹ ਅਪੋਲੋਜੀ ਕਰਨ, ਅਤੇ ਜਿਹੜੀਆਂ ਇਹਦੀਆਂ ਨਵੀਆਂ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਪੋਲਿਸੀਆਂ ਨੇ ਉਹਨੂੰ ਰੱਦ ਕਰਨ, ਲੋਕਾਂ ਦੇ ਵਿੱਚ ਜਿਹੜਾ ਬੱਚਿਆਂ ਦੇ ਵਿੱਚ ਔਰ ਸਿਵਲਾਈਜ਼ ਢੰਗ ਦੇ ਨਾਲ ਕਿਸੇ ਨੇ ਕੋਈ ਮਾੜੀ ਹਰਕਤ ਨਹੀਂ ਕੀਤੀ ਹੈਗੀ, ਹਰ ਇੱਕ ਨੇ ਜਿਹੜਾ ਮੈਨੂੰ ਬੜਾ ਗੁੱਸਾ ਚੜ੍ਹਦਾ ਇਸ ਗੱਲ ਦੇ ਉੱਪਰ, ਜਦੋਂ ਵੀ ਉੱਥੇ ਕੋਈ ਮਾੜੀ ਮੋਟੀ ਕੋਈ ਇੱਕ ਅੱਧਾ ਵਿਦਿਆਰਥੀ ਘਟਨਾ ਕਰ ਦਿੰਦਾ ਅਤੇ ਸਾਰੇ ਸਾਰਾ ਲਾਣਾ ਉੱਠ ਕੇ ਵੀ ਇਹ ਵਿਦਿਆਰਥੀਆਂ ਨੇ ਗੰਦ ਪਾ ਤਾ ਅਤੇ ਇਹ ਹੋ ਗਿਆ ਵੋ ਹੋ ਗਿਆ। ਆਹ ਸਾਰੇ ਵਿਦਿਆਰਥੀ ਖੜ੍ਹੇ ਨੇ ਜੀ ਇੱਥੇ, ਜਿਹਨਾਂ ਨੇ ਬਿਲਕੁਲ ਸਿਵਲਾਈਜ਼ ਹੋ ਕੇ ਅੱਜ ਦਾ ਮੁਜ਼ਾਹਰਾ ਕੀਤਾ। ਔਰ ਪ੍ਰੈਸ਼ਰ ਜਿਹੜਾ ਸਰਕਾਰ 'ਤੇ ਇਸ ਗੱਲ ਦਾ ਬਹੁਤ ਪਊਗਾ, ਔਰ ਮੈਨੂੰ ਪੂਰੀ ਉਮੀਦ ਆ ਕਿ ਅਗਲੇ ਥੋੜ੍ਹੇ ਦਿਨਾਂ ਦੇ ਵਿੱਚ ਇਹਦੇ ਚੰਗੇ ਨਤੀਜੇ ਆਉਣਗੇ। ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਸਿੱਖ ਧਰਮ ਦੇ ਬਾਨੀ ਮਹਾਨ ਦਾਰਸ਼ਨਿਕ ਕੁੱਲ ਦੁਨੀਆ ਦੇ ਰਾਹ ਦਸੀਰੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਦੀਆਂ ਸੰਸਾਰ ਭਰ ਦੇ ਕੋਨੇ ਕੋਨੇ ਵਿੱਚ ਵਸਦੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ। ਆਓ ਗੁਰੂ ਸਾਹਿਬ ਦੇ ਦਰਸਾਏ ਮਾਰਗ 'ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰੀਏ, ਕੁਦਰਤ ਬਚਾਈਏ ਅਤੇ ਮਨੁੱਖਤਾ ਦੇ ਹਾਨੀ ਬਣੀਏ। ਇਸ ਮਹਾਨ ਅਵਸਰ 'ਤੇ ਅਜੀਤ ਵੈੱਬ ਟੀਵੀ ਦੀ ਟੀਮ ਆਪਣੇ ਦਰਸ਼ਕਾਂ ਨੂੰ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਤੇ ਹੋਣ ਵਾਲੇ ਸਮਾਗਮਾਂ ਦੀ ਲਗਾਤਾਰ ਪੇਸ਼ਕਾਰੀ ਦਿਖਾ ਕੇ ਰੂਹਾਨੀਅਤ ਦੇ ਰੰਗ ਨਾਲ ਜੋੜੇਗੀ। ਸੋ ਲਗਾਤਾਰ ਵੇਖਦੇ ਰਹੋ ਅਜੀਤ ਵੈਬ ਟੀਵੀ। ਧੰਨ ਧੰਨ।